ਲੁਧਿਆਣਾ ਦੇ ਹੈਬੋਵਾਲ ਵਿਖੇ ਚੂੜਪੁਰ ਰੋਡ ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਜ਼ਖਮੀ ਕੀਤੇ ਪ੍ਰਮੁੱਖ ਸਿੱਖ ਆਗੂ ਜੋਗਾ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ ਬੀਤੀ ਰਾਤ ਜੋਗਾ ਸਿੰਘ ਤੇ ਉਨ੍ਹਾਂ ਦੇ ਤਿੰਨ ਸਾਥੀਆਂ ਸਮੇਤ ਉਨ੍ਹਾਂ ਦੇ ਮੋਟਰਸਾਈਕਲ ਨੂੰ ਇਨੋਵਾ ਕਾਰ ਦੇ ਨਾਲ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਜੋਗਾ ਸਿੰਘ ਨੂੰ ਲੁਧਿਆਣਾ ਦੇ DMC ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਮੂਹ ਸਿੰਘ ਤਾਂ ਸਿੱਖ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਇਹ ਰਾਤ ਜੋਗਾ ਸਿੰਘ ਖਾਲਿਸਤਾਨੀ ਦੇ ਨਾਲ ਜੋ ਵੀ ਇਹ ਘਟਨਾ ਹੋਈ ਆ, ਇਹ ਆਪਣੇ ਘਰ ਜਾ ਰਹੇ ਸੀਗੇ ਦੋਨੇ ਚਾਰੇ ਵੀਰ, ਅਤੇ ਰਸਤੇ ਦੇ ਵਿੱਚ ਹੈਬੋਵਾਲ ਦੇ ਕੋਲ ਆ ਕੇ ਇਹਦੇ ਘਰ ਤੋਂ ਥੋੜ੍ਹਾ ਜਿਹਾ ਚਿਰ ਦੂਰ ਪਹਿਲਾਂ ਹੀ ਅੱਧਾ ਕਿਲੋਮੀਟਰ ਉੱਥੇ ਆ ਕੇ ਗੱਡੀ, ਇੱਕ ਇਨੋਵਾ ਗੱਡੀ ਆ ਰਹੀ ਆ, ਉਹ ਇਹਨਾਂ ਦੇ ਕੋਲੋਂ ਹਿੱਟ ਕਰਕੇ ਇਹਨਾਂ ਨੂੰ ਬੈਕ ਦੇ ਵਿੱਚ, ਮਤਲਬ ਵੀ ਪਿੱਛਿਓਂ ਹਿੱਟ ਕਰ ਰਹੀ ਆ ਪੂਰੀ 120 ਦੀ ਸਪੀਡ 'ਤੇ ਆ ਕੇ, ਉਹਦੀਆਂ ਲਾਈਟਾਂ ਬੰਦ ਸੀਗੀਆਂ, ਅਤੇ ਉਹਦੇ ਵਿੱਚ ਆ ਕੇ ਹਿੱਟ ਕਰਨ ਤੋਂ ਬਾਅਦ ਜਦੋਂ ਥੱਲੇ ਨੀਚੇ ਗਿਰੇ ਆ ਸੜਕ 'ਤੇ, ਉੱਥੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਸਿੰਘ ਸੀਗਾ ਉਹਨੇ ਨੰਬਰ ਵੀ ਨੋਟ ਕਰਿਆ ਗੱਡੀ ਦਾ, ਅਤੇ ਫਿਰ ਉਦੋਂ ਬਾਅਦ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਕੀ ਹੋਇਆ ਕੀ ਨਹੀਂ ਆਇਆ, ਅਤੇ ਕੁਛ ਰਾਹਗੀਰ ਵੀਰ ਨੇ ਕਿਸੇ ਨੇ ਚੁੱਕਿਆ ਆਪਣੀ ਗੱਡੀ ਦੇ ਵਿੱਚ, ਇਹਨਾਂ ਨੂੰ DMC ਹਸਪਤਾਲ ਦੇ ਵਿੱਚ ਲੈ ਕੇ ਆਉਂਦਾ। DMC ਹਸਪਤਾਲ ਦੇ ਵਿੱਚ ਇਹਨਾਂ ਨੂੰ ਇਲਾਜ ਇਹਨਾਂ ਦਾ ਸ਼ੁਰੂ ਹੋਇਆ, ਅਤੇ ਸਵੇਰ ਤੱਕ ਇਹਨਾਂ ਦਾ ਜਦੋਂ ਇਲਾਜ ਚੱਲਿਆ, ਅਤੇ ਜਦੋਂ ਤਿੰਨ ਜਿਹੜੇ ਵੀਰ ਸੀ ਉਹਨਾਂ ਦੀ ਹਾਲਤ ਠੀਕ ਸੀ, ਜੋਗਾ ਸਿੰਘ ਖਾਲਿਸਤਾਨੀ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਸੀਗੀ, ਸਿਰ ਦੇ ਵਿੱਚ ਸੱਟਾਂ ਜ਼ਿਆਦਾ ਲੱਗਣ ਦੇ ਕਾਰਨ ਉਹਨਾਂ ਨੂੰ ਆਪਰੇਸ਼ਨ ਦੇ ਵਿੱਚ ਲੈ ਕੇ ਗਏ, 5-6 ਘੰਟੇ ਬਾਅਦ ਆਪਰੇਸ਼ਨ ਉਹਨਾਂ ਦਾ ਹੁਣ ਹੋਇਆ, ਅਤੇ ਹੁਣ ਉਹ ICU ਦੇ ਵਿੱਚ ਹੈਗੇ ਨੇ, ਅਤੇ ਜਿਹੜੇ ਇਹਨਾਂ ਨੇ ਹੁਣ ਡਾਕਟਰਾਂ ਨੇ ਸਾਨੂੰ ਦਿੱਤਾ ਆ ਵੀ ਇਹ 50-60 ਘੰਟੇ ਲੱਗ ਸਕਦੇ ਨੇ ਇਹਨੂੰ ਹਜੇ ਠੀਕ ਹੋਣ ਦੇ ਵਿੱਚ, ਜਾਂ ਵੀ ਇਹਨਾਂ ਨੂੰ ਹੋਸ਼ ਦੇ ਵਿੱਚ ਆਉਣ ਦੇ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਜੋਗਾ ਸਿੰਘ ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਹ ਜਿਹੜੀ ਘਟਨਾ ਹੈ ਇਹ ਬਿਲਕੁਲ ਬਹੁਤ ਹੀ ਮੰਦਭਾਗੀ ਹੈ, ਜੇ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਰ ਜਥੇਬੰਦੀਆਂ ਨਾਲ ਲੈ ਕੇ ਸੰਘਰਸ਼, ਵੱਡਾ ਸੰਘਰਸ਼ ਅਲੀਕੇਗਾ। ਕੌਮ ਨੂੰ ਹੁਣ ਇਹਦੇ ਵਿੱਚ ਜਾਗਣਾ ਚਾਹੀਦਾ ਵੀ ਇਹ ਜੋ ਕੋਈ ਵੀ ਨੌਜਵਾਨ ਸਿੱਖ ਕੌਮ ਦੀ ਗੱਲ ਕਰਦਾ ਅਤੇ ਉਹਦੇ 'ਤੇ ਇੱਦਾਂ ਦੇ ਹਮਲੇ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ, ਇਹ ਮੰਦਭਾਗੀ ਹੈ ਸਾਡੀ ਕੌਮ ਲਈ। ਭਾਈ ਜੋਗਾ ਸਿੰਘ ਖਾਲਿਸਤਾਨੀ 'ਤੇ ਜਿਹੜਾ ਹਮਲਾ ਕੀਤਾ ਗਿਆ ਇਹ ਬਹੁਤ ਹੀ ਮੰਦਭਾਗੀ ਘਟਨਾ, ਇਹ ਜਿਹੜੀ ਸਿੱਖ ਕੌਮ ਦੇ ਵਿੱਚ ਭਰਾ ਮਾਰੂ ਜੰਗ ਹੈ ਬਹੁਤ ਬੁਰੀ ਗੱਲ ਆ। ਭਾਈ ਜੋਗਾ ਸਿੰਘ ਖਾਲਿਸਤਾਨੀ ਉਹ ਯੋਧਾ ਵਾ ਜਿੱਥੇ ਵੀ ਕਿਸੇ ਸਿੱਖ ਦੀ ਪੱਗ ਲੱਥੀ ਜਾਂ ਕਿਸੇ ਦੀ ਕੋਈ ਬੇਇੱਜ਼ਤੀ ਹੋਈ ਇਹ ਸਿੱਖ ਹਰ ਇੱਕ ਥਾਂ 'ਤੇ ਉੱਥੇ ਜਾ ਕੇ ਖੜਦਾ ਸੀ। ਅੱਜ ਉਹਦੀ ਜਿਹੜੀ ਹਾਲਤ ਆ ਬਹੁਤ ਬੁਰੀ ਆ, ਅਜੇ ਤੱਕ ਉਹਨੂੰ ਹੋਸ਼ ਨਹੀਂ ਆਈ, ICU ਦੇ ਵਿੱਚ ਉਹ ਲੱਗੇ ਹੋਏ ਨੇ। ਅਸੀਂ ਸਿੱਖ ਸੰਗਤ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਭਾਈ ਜੋਗਾ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਜ਼ਰੂਰ ਕਰੇ, ਕਿਉਂਕਿ ਬਹੁਤ ਹੀ ਮਹਿੰਗਾ ਹਸਪਤਾਲ ਆ, ਅਤੇ ਸਿੱਧੀ ਪਰਿਵਾਰ ਦੀ ਹੈਲਪ ਉਹ ਜ਼ਰੂਰ ਕਰਨ ਤਾਂ ਕਿ ਜਿਹੜਾ ਪਰਿਵਾਰ ਆ ਉਹ ਇਸ ਮੁਸ਼ਕਲ ਦੇ ਵਿੱਚ ਉਹਨਾਂ ਨੂੰ ਇਹ ਲੱਗੇ ਵੀ ਖਾਲਸਾ ਪੰਥ ਜਿਹੜਾ ਉਹ ਸਾਡੇ ਨਾਲ ਖੜਾ ਵਾ। ਬਾਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿੰਨੀ ਵੀ ਕਾਨੂੰਨੀ ਸਹਾਇਤਾ ਵਾ ਪਰਿਵਾਰ ਨੂੰ ਐਡਵੋਕੇਟ ਸਿਮਰਨਜੀਤ ਸਿੰਘ ਜੀ ਦੇਣਗੇ, ਬਕਾਇਦਾ ਹੀ ਰਾਜਪਾਲ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਮਿਲਾਂਗੇ, ਮੈਮੋਰੰਡਮ ਦੇਵਾਂਗੇ ਕਿ ਇਹ ਜਿਹੜਾ ਇੱਕ ਸਾਜਿਸ਼ ਦੇ ਤਹਿਤ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਆ, ਇਹਨੂੰ ਰੋਕਿਆ ਜਾਣਾ ਚਾਹੀਦਾ। ਔਰ ਇਹ ਬਹੁਤ ਹੀ ਨਿੰਦਣਯੋਗ ਆ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਆ ਉਹਨਾਂ ਨੂੰ ਭਾਈ ਜੋਗਾ ਸਿੰਘ ਦੀ ਸਿਹਤ ਜਾਬੀ ਲਈ ਅਰਦਾਸ ਵੀ ਕਰਨੀ ਚਾਹੀਦੀ ਆ। ਡਾਕਟਰਾਂ ਵੱਲੋਂ ਜੋਗਾ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਫਿਲਹਾਲ ਉਹਨਾਂ ਦਾ ਆਪਰੇਸ਼ਨ ਹੋ ਚੁੱਕਿਆ ਹੈ। ਡਾਕਟਰਾਂ ਦਾ ਕਹਿਣਾ ਕਿ ਜੋਗਾ ਸਿੰਘ ਦੇ ਹੋਸ਼ ਵਿੱਚ ਆਉਣ ਤੋਂ ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਰਾਤੀ ਮੈਂ ਜੋਗਾ ਸਿੰਘ
ਅਤੇ ਨਾਲ ਦੋ ਸਾਥੀ ਹੋਰ ਸਨ। ਅਸੀਂ ਆਪਣਾ ਲੋਹਾਰੇ ਪਿੰਡ ਤੋਂ ਜੋਗਾ ਸਿੰਘ ਦੇ ਘਰ ਜਾ ਰਹੇ ਸੀਗੇ ਅਤੇ ਰਸਤੇ ਵਿੱਚ ਆਪਣਾ ਕੀ ਕਹਿੰਦੇ ਜੀ ਆਪਣਾ ਡੈਰੀ ਆ ਜਾਂਦੀ ਜੀ ਇੱਧਰ, ਆਪਣਾ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ, ਅਤੇ ਪੈਟਰੋਲ ਪੰਪ ਦੇ ਕੋਲ ਅਸੀਂ ਅੱਗੇ ਨਿਕਲੇ ਥੋੜ੍ਹਾ ਜਿਹਾ ਪੈਟਰੋਲ ਪੰਪ ਤੋਂ, ਅਤੇ ਬੈਕ ਸਾਈਡ ਤੋਂ ਗੱਡੀ ਆਈ ਅਤੇ ਗੱਡੀ ਪਿੱਛੋਂ ਗੱਡੀ ਮਾਰ ਕੇ ਉਹ ਨਿਕਲ ਗਿਆ ਜੀ, ਰੁਕਿਆ ਨਹੀਂ। ਅਤੇ ਉਹਦੀ ਗੱਡੀ ਦਾ ਨੰਬਰ ਨੋਟ ਕਰ ਲਿਆ ਸੀਗਾ ਜੀ, ਗੱਡੀ ਦਾ ਨੰਬਰ ਹੈਗਾ ਜੀ 7418। ਅਤੇ ਉਹ ਗੱਡੀ ਮਾਰ ਕੇ ਨਿਕਲ ਗਏ ਸੀਗੇ ਅਤੇ ਪਿੱਛੋਂ ਇੱਕ ਗੱਡੀ ਹੋਰ ਆਈ ਸੀਗੀ ਜਿਨ੍ਹਾਂ ਨੇ ਇੱਥੇ ਆਪਾਂ ਨੂੰ ਹੋਸਪਿਟਲ ਪਹੁੰਚਾਇਆ ਜੀ। ਅਤੇ ਆਉਂਦੇ ਸਾਰ ਉਰੇ ਜੋਗਾ ਸਿੰਘ ਦੇ ਸਿਰ 'ਤੇ ਜ਼ਿਆਦਾ ਸੱਟ ਲੱਗ ਚੁੱਕੀ ਸੀਗੀ ਬੈਕ ਸਾਈਡ 'ਤੇ ਜੀ, ਅਤੇ ਉਹਨਾਂ ਦਾ ਹੁਣ ਓਪਰੇਸ਼ਨ ਹੋਇਆ ਜੀ। ਅਤੇ ਉਹਨਾਂ ਨੇ ਕਿਹਾ ਵਾ ਕਿ 72 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਦੱਸ ਦਿਆਂਗੇ ਜੀ ਕੀ ਮਤਲਬ ਕੀ ਹੈਗਾ ਉਹਨਾਂ ਦਾ। ਮੇਰੇ ਜੀ ਪੈਰ 'ਤੇ ਲੱਗੀ ਸੀਗੀ ਜੀ, ਅਤੇ ਬਾਕੀ ਆ ਬਾਹਾਂ 'ਤੇ ਰਗੜ ਲੱਗੀ ਆ ਥੋੜ੍ਹੀ ਜੀ। ਦੂਜੇ ਪਾਸੇ ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਸਨੀ ਸੂਜਾਪੁਰ ਦੇ ਨਾਲ ਜਸਵੀਰ ਹੇਰਾਂ, ਪੈਰੇਦਾ ਟੀਵੀ।